सरदार जी ऐनी छोटी उम्र च इनी गर्मी अच्छी नहीं होती आ मसा ठंडे हो भरा हौली यो कोई नहीं चलन दी व्यू कोई नहीं आउन दिया फिर ऐ करदे आ ਆਪਾਂ ਕੱਢਦੇ ਸਿੱਧੂ ਨੂੰ ਗਾਲਾਂ ਹਾਂ ਕਿ ਨਹੀਂ ਗੱਲ ਸਹੀ ਉਹ ਸਿੱਧੂ ਮੂਸੇ ਨੂੰ ਗਾਲਾਂ ਕੱਢ ਕੇ ਮਸ਼ਹੂਰੀ ਮਸ਼ਹਾਰੀ ਲੈ ਲੈਂਦੇ ਬਾਅਦ ਪਾਵਾਂਗੇ ਵੀਡੀਓ ਵੀਡੀਓ ਅੰਦਰ ਖਾਤੇ ਗਾਣੇ ਦਾ ਆਪਾਂ ਸਤਾਬ ਸੁਣਨੇ ਹੀ ਨੇ ਉਹਦੇ ਚਲਾਉਣੇ ਯਾਰ ਪਕੜਾ ਕਰੇ ਪਤਾ ਲੱਗਣਾ ਬਣਾਉਣੇ ਨਾਲ ਜੇ ਪੰਗਾ ਲਿਆ ਫਿਰ ਖੜੋ ਠੀਕ ਹੈ ਨਾ ਗਾਣਾ ਕੱਢਣਾ ਕੱਢੋ ਆਜੋ ਬਰਾਬਰ ਪਾਓ ਡੇਟ ਕਿਹਨੇ ਪਾਉਣੀ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਹਾਜ਼ਰਾਂ ਲੈ ਕੇ ਤੁਹਾਡੇ ਲਈ ਇੱਕ ਹੋਰ ਖਾਸ ਅਪਡੇਟ ਦੋਸਤੋ ਸਿੱਧੂ ਮੂਸੇਵਾਲੇ ਦਾ ਨਾਮ ਵਰਤ ਕੇ ਮੂਸੇਵਾਲੇ ਨੂੰ ਰਿਪਲਾਈ ਕਰਕੇ ਚਰਚਾ ਦੇ ਵਿੱਚ ਆਉਣ ਵਾਲੇ ਅਤੇ ਆਪਣਾ ਗੀਤ ਰਿਲੀਜ਼ ਕਰਨ ਵਾਲਿਆਂ ਦੀ ਲਿਸਟ ਤਾਂ ਦਿਨ ਪਰ ਦਿਨ ਲੰਬੀ ਹੁੰਦੀ ਜਾਂਦੀ ਹੈ ਉੱਥੇ ਧਮਕ ਵੇਸ ਵਾਲੇ ਮੁੱਖ ਮੰਤਰੀ ਨੇ ਵੀ ਸਿੱਧੂ ਮੂਸੇਵਾਲੇ ਨੂੰ ਆਪਣੇ ਨਵੇਂ ਗੀਤ ਦੇ ਰਾਹੀਂ ਰਿਪਲਾਈ ਕਰਕੇ ਆਪਣਾ ਗੀਤ ਚਲਾਉਣ ਦੀ ਨਾਕਾਮਯਾਬ ਕੋਸ਼ਿਸ਼ ਕੀਤੀ ਇੱਥੇ ਪਹਿਲੀ ਨਵੀਂ ਗੱਲ ਨਹੀਂ ਹੈ ਕਿ ਮੁੱਖ ਮੰਤਰੀ ਵੱਲੋਂ ਕਿਸੇ ਸਿੰਗਰ ਦੇ ਨਾਲ ਕਿਸੇ ਸਟਾਰ ਦੇ ਨਾਲ ਕੋਈ ਵਿਵਾਦ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਜਿਵੇਂ ਕਿ ਤੁਸੀਂ ਜਾਣਦੇ ਵੀ ਹੋਵੋਗੇ ਕਿ ਕੁਝ ਸਮਾਂ ਪਹਿਲਾਂ ਉਹਨਾਂ ਨੇ ਸਿੰਘਾਂ ਨੂੰ ਵੀ ਇੱਕ ਗੀਤ ਦੇ ਰਾਹੀਂ ਰਿਪਲਾਈ ਕੀਤਾ ਸੀ ਹਾਲਾਂਕਿ ਸਿੰਘਾਂ ਨੇ ਇਹਨਾਂ ਨੂੰ ਕੋਈ ਤਵੱਜੋ ਨਹੀਂ ਦਿੱਤੀ ਇਹਨਾਂ ਨੂੰ ਕੋਈ ਰਿਪਲਾਈ ਨਹੀਂ ਦਿੱਤਾ ਜਿਸ ਕਰਕੇ ਇਹਨਾਂ ਨੇ ਸੋਚਿਆ ਕਿਉਂ ਨਾ ਹੁਣ ਇੰਡਸਟਰੀ ਦੇ ਕਿੰਗ ਨਾਲ ਹੀ ਪੰਗਾ ਲੈ ਕੇ ਦੇਖਿਆ ਜਾਵੇ ਸ਼ਾਇਦ ਉਸਦੇ ਨਾਲ ਹੀ ਸਾਨੂੰ ਥੋੜ੍ਹੇ ਬਹੁਤ ਵਿਊ ਮਿਲ ਜਾਣ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿੱਥੇ ਨਾਮ ਆ ਜਾਂਦਾ ਉੱਥੇ ਵਿਊ ਇਸ ਤਰ੍ਹਾਂ ਗਿਰਦੇ ਨੇ ਜਿਵੇਂ ਤਰਪਾਲ 'ਤੇ ਗੜੇ ਪੈਂਦੇ ਹੋਣ ਅਤੇ ਇਸੇ ਗੱਲ ਨੂੰ ਕੈਸ਼ ਕਰਨ ਦੇ ਲਈ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਕਰਨ ਦੇ ਲਈ ਇੱਕ ਗੀਤ ਕੱਢ ਦਿੱਤਾ ਪਰ ਦੋਸਤੋ ਯੂਟਿਊਬ ਦੀਆਂ ਕੁਝ ਸ਼ਰਤਾਂ ਹੁੰਦੀਆਂ ਨੇ ਕੁਝ ਗਾਈਡਲਾਈਨਸ ਹੁੰਦੀਆਂ ਨੇ ਕਿ ਤੁਸੀਂ ਕਿਸੇ ਦੀ ਸਹਿਮਤੀ ਤੋਂ ਬਿਨਾਂ ਉਸਦਾ ਨਾਮ ਜਾਂ ਫਿਰ ਉਸਦੀ ਫੋਟੋ ਆਪਣੀ ਵੀਡੀਓ ਦੇ ਵਿੱਚ ਨਹੀਂ ਵਰਤ ਸਕਦੇ ਪਰ ਮੁੱਖ ਮੰਤਰੀ ਅਤੇ ਉਹਨਾਂ ਦੀ ਟੀਮ ਨੇ ਇਹਨਾਂ ਸਾਰੀਆਂ ਸ਼ਰਤਾਂ ਨੂੰ ਇਹਨਾਂ ਸਾਰੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਮੁੱਖ ਮੰਤਰੀ ਨੇ ਆਪਣੇ ਨਵੇਂ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਦੀਆਂ ਕੁਝ ਫੋਟੋਆਂ ਵੀ ਯੂਜ਼ ਕੀਤੀਆਂ ਅਤੇ ਜਿਵੇਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੀ ਔਨਲਾਈਨ ਪ੍ਰਮੋਸ਼ਨ ਟੀਮ ਗੋਲਡ ਮੀਡੀਆ ਨੇ ਸਾਫ਼ ਤੌਰ 'ਤੇ ਇਹ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਸਿੱਧੂ ਮੂਸੇਵਾਲੇ ਦਾ ਅਨਅਥੋਰਾਈਜ਼ਡ ਕੰਟੈਂਟ ਜਾਂ ਫਿਰ ਉਹਨਾਂ ਦੀ ਕੋਈ ਨਿਊਜ਼ ਆਪਣੀ ਵੀਡੀਓ ਦੇ ਵਿੱਚ ਵਰਤਦਾ ਤਾਂ ਉਸਦਾ ਖਮਿਆਜਾ ਉਸ ਬੰਦੇ ਨੂੰ ਭੁਗਤਣਾ ਪਵੇਗਾ ਅਤੇ ਹੋ ਸਕਦਾ ਕਿ ਉਸ 'ਤੇ ਲੀਗਲ ਐਕਸ਼ਨ ਵੀ ਲਿਆ ਜਾਵੇ ਇਸੇ ਤਰ੍ਹਾਂ ਹੀ ਹੁਣ ਮੁੱਖ ਮੰਤਰੀ ਦੇ ਇਸ ਗੀਤ 'ਤੇ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਵਰਤਣ ਕਰਕੇ ਕਾਪੀਰਾਈਟ ਸਟ੍ਰਾਈਕ ਲਗਾ ਕੇ ਉਸਦਾ ਗੀਤ ਡਿਲੀਟ ਕਰਵਾ ਦਿੱਤਾ ਗਿਆ ਹੋ ਸਕਦਾ ਕਿ ਕੋਈ ਲੀਗਲ ਐਕਸ਼ਨ ਵੀ ਲਿਆ ਜਾਵੇ ਅਤੇ ਉੱਥੇ ਹੀ ਮੁੱਖ ਮੰਤਰੀ ਹਾਲੇ ਵੀ ਫੇਮ ਦੀ ਚਾਹ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਨਾਲ ਪੰਗੇ ਲੈਣੋਂ ਪਿੱਛੇ ਨਹੀਂ ਹਟ ਰਿਹਾ ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਅੱਜ ਵੀ ਉਸਨੇ ਆਪਣੇ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲੇ ਦੇ ਨਾਲ ਪੰਗੇ ਲੈਣ ਦੇ ਲਈ ਕੁਝ ਰਿਪਲਾਈ ਕੀਤੇ ਨੇ ਕੁਝ ਪੋਸਟਾਂ ਪਾਈਆਂ ਨੇ ਇਸ ਸਾਰੇ ਮਸਲੇ ਦੇ ਵਿੱਚ ਕੌਣ ਸਹੀ ਹੈ ਅਤੇ ਕੌਣ ਗਲਤ ਇਸ ਗੱਲ ਦੀ ਹਾਮੀ ਇਹਨਾਂ ਪੋਸਟਾਂ ਦੇ ਥੱਲੇ ਆ ਰਹੇ ਕਮੈਂਟ ਭਰਦੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਲੋਕਾਂ ਦਾ ਇਹ ਵੀ ਕਹਿਣਾ ਕਿ ਮੁੱਖ ਮੰਤਰੀ ਤਾਂ ਸਿਰਫ ਇੱਕ ਮੋਹਰ ਹੈ ਉਹਦੇ ਮੋਢੇ 'ਤੇ ਬੰਦੂਕ ਰੱਖ ਕੇ ਚਲਾਉਣ ਵਾਲੇ ਤਾਂ ਕੋਈ ਹੋਰ ਹੀ ਨੇ ਜੋ ਕਿ ਇੱਕ ਗਰੀਬ ਬੱਚੇ ਦੇ ਭਵਿੱਖ ਨੂੰ ਗੰਧਲਾ ਕਰ ਰਹੇ ਨੇ ਇੱਕ ਬੱਚੇ ਦੇ ਭਵਿੱਖ ਨੂੰ ਖਰਾਬ ਕਰ ਰਹੇ ਨੇ ਉਸਦੇ ਨਾਮ ਨੂੰ ਇਸ ਤਰ੍ਹਾਂ ਵਿਵਾਦਾਂ ਦੇ ਵਿੱਚ ਪਾ ਕੇ ਕਿਉਂਕਿ ਮੁੱਖ ਮੰਤਰੀ ਦੇ ਮਾਤਾ ਪਿਤਾ ਨੇ ਜੋ ਕਿ ਦਿਹਾੜੀ ਟੱਪਾ ਕਰਕੇ ਆਪਣਾ ਗੁਜ਼ਾਰਾ ਕਰਦੇ ਸੀ ਮੁੱਖ ਮੰਤਰੀ ਦੇ ਚੰਗੇ ਭਵਿੱਖ ਨੂੰ ਦੇਖਦੇ ਹੋਏ ਉਸ ਨੂੰ ਉਸ ਟੀਮ ਕੋਲ ਛੱਡਿਆ ਸੀ ਜੋ ਕਿ ਹੁਣ ਮੁੱਖ ਮੰਤਰੀ ਦਾ ਸਹਾਰਾ ਲੈ ਕੇ ਆਪਣੀ ਰੋਜ਼ੀ ਰੋਟੀ ਚਮਕਾ ਰਹੀ ਹੈ ਬਾਕੀ ਦੋਸਤੋ ਤੁਹਾਡਾ ਇਸ ਮਸਲੇ 'ਤੇ ਕੀ ਕਹਿਣਾ ਸਾਨੂੰ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਇਸ ਅਪਡੇਟ ਵਿੱਚ ਇੰਨਾ ਹੀ ਮਿਲਾਂਗੇ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਨੇ ਸਮੇਂ ਤੱਕ ਲਈ ਬਣੇ ਰਹੋ ਲਿਮਿਟਡ ਗਿਆਨ ਦੇ ਨਾਲ ਥੈਂਕ ਯੂ ਧੰਨਵਾਦ ਟੇਕ ਕੇਅਰ